sa kumaga. ¿Qué es lo que se llama? 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 ¿Qué es lo que se llama?
ਇੱਕ ਮਿੰਟ ਦੇਖੋ ਇੱਧਰ ਦੇਖੋ ਸਾਰੇ ਇੱਧਰ ਦੇਖੋ ਜੀ ਅੱਗੇ ਨਾਲ ਆਇਆ ਉਹਦੇ ਨਾਲ ਖੜਾ ਆਇਆ ਦੇਖੋ ਅੱਖਾਂ ਬੰਦ ਕਰੋ ਆਂਟੀ ਜੀ ਕੀ ਕਰਦੇ ਪਏ ਇੱਧਰ ਦੇਖ ਲਓ ਸਾਰੇ ਦੇਖੋ ਸਾਹਮਣੇ ਦੇਖ ਹਾਂਜੀ ਭਾਜੀ ਲੈ ਕੇ ਮੈਂ ਤੁਹਾਨੂੰ ਦੱਸਦਾ ਭਾਜੀ ਭਾਜੀ ਹੁਣ ਓਕੇ ਭਾਜੀ ਓਕੇ ਭਾਜੀ ਦੇਖੋ ਕਰੋ ਕਰੋ ਜੀ ਕਹਿੰਦਾ ਚਲੋ ਅੰਦਰ ਚਲੋ ਚਲੀ ਅੰਦਰ ਚਲੋ ਅੰਦਰ ਚਾਹ ਪਾਣੀ ਪਿਲਾਓ
ਅੱਛਾ
ਚੱਲ ਪਿਆ ਦੂਜਾ ਖੋਲੀ ਮੜਿਆ ਡਰਾਈਵਰ ਮਿੱਠਾ ਮਾੜਾ ਜਿਹਾ ਪਕਾ ਲਿਆ
ਹੁਣ ਬਣ ਜੂਗਾ ਬਣ ਜੂ ਬਣ ਕਿਵੇਂ ਬਣੂਗੀ ਉਹ ਕਹਿੰਦਾ ਕਰ ਦੇਣਾ ਵਾ ਯਾਰ ਚੈੱਕ ਦੇ ਦੇਣਾ ਦੱਸਿਆ ਬੈਠ ਧਿਆਨ ਕੀ ਬੈਠ ਧਿਆਨ ਕੀ ਬੈਠ ਉਹਦੇ ਮੈਂ ਕੱਢਿਆ ਹਾਰ ਦਾ ਯਾਰ ਯੈਲੋ ਹੈ ਯੈਲੋ ਕਲਰ ਹੀ ਕੱਢਿਆ ਹਾਰ ਦਾ ਯੈਲੋ ਯੈਲੋ ਆ ਰਿਹਾ ਇਹਦਾ ਵੀ ਕੱਢ ਦੇ ਘਰ ਘਰ ਮੋਦੀ ਹਰ ਹਰ ਮੋਦੀ ਐਵੇਂ ਲੱਗ ਜਾਂਦੇ ਆ ਅੱਡੀ ਜਗਦੀ
ਆਉਂਦੇ ਆਉਂਦੇ ਤਾਂ ਅੰਦਰ ਦੇਖੀਏ ਭਾਈ ਮੈਂ ਫੋਨ ਕੋਈ ਮੈਂ ਕਹਾ ਕਿ ਦੇਖੋ ਤੁਸੀਂ ਦੇਖੋ ਚੱਪਲ ਚੱਕੀ ਚੱਪਲ ਦੇਖੋ ਬਾਈ ਥੋੜ੍ਹਾ ਵੀ ਆ ਜਾਓ ਬਾਈ ਆ ਬਾਈ ਇੱਕ ਮਿੰਟ ਇੱਥੇ ਖੜੇ ਹੋਣੇ ਪੈਂਦੇ ਖੜ ਕੇ ਵਧੀਆ ਆਣੀ ਫੋਟੋ ਖੜੇ ਪੈਣੇ ਦੇਖੋ ਇੱਧਰ ਦੇਖਿਓ ਇੱਧਰ ਸੇਮ ਇੱਧਰ ਲਾਈਵ ਕਰਾਇਆ ਫੋਟੋ ਭਾਈ ਦੇਖਿਓ ਤੁਸੀਂ ਗਏ ਇੱਥੇ ਖੜੇ ਕੌਣ ਹੋਏ ਖੜੇ ਕੌਣ ਆਓ ਜੀ ਨਾਲ ਆਓ ਜੀ ਅੰਕਲ ਤੁਸੀਂ ਆ ਜਾਓ ਪੋਲ ਤੋਂ ਅੱਗੇ ਵਗਾਰਾ ਤੁਹਾਡਾ ਪੋਲ ਤੋਂ ਥੋੜ੍ਹਾ ਤੁਸੀਂ ਅੱਗੇ ਆ ਜਾਓ ਹਾਂਜੀ ਆਓ ਭਾਈ ਆਓ ਸਰ ਜੀ ਤੁਸੀਂ ਵੀ ਇੱਧਰ ਕਿੱਧਰ ਭਾਅ ਜੀ ਕਹਿੰਦੇ ਬਣਾ ਲੈਂਦੇ ਉਹਨਾਂ ਨੂੰ ਵੀ ਆ ਲੈਂਦੋ ਓਕੇ ਜੀ ਆਓ ਸਰ ਇੱਧਰ ਗੱਬੇ ਆਏ ਬਣ ਗਏ ਇੱਥੇ ਖੜ੍ਹ ਜਾਓ ਬਸ ਇੱਥੇ ਆਓ ਭਾਅ ਜੀ ਆ ਜਾਓ ਇੱਧਰ ਆ ਜਾਓ ਘੁੰਮ ਕੇ ਇੱਧਰ ਨੂੰ ਆ ਜਾਓ ਇੱਧਰ ਆਓ ਭਾਅ ਜੀ ਅੱਗੇ ਨੂੰ ਆ ਜਾਓ ਇੱਧਰ ਆ ਜਾਓ ਭਾਅ ਜੀ ਇੱਧਰ ਆ ਜਾਓ ਬਸ ਠੀਕ ਹੈ ਹੋ ਜਾਓ ਨਾਲ ਨੂੰ ਥੋੜ੍ਹਾ ਅੱਗੇ ਵੀ ਚੜ੍ਹ ਜਾਓ ਦੇਖੋ ਪੈਸੇ ਮਿਲ ਜੀ ਦੇਖੋ ਸਾਰੇ ਧਿਆਨ ਦਿਓ ਦੇਖਿਓ ਜੀ ਪਲੀਜ਼ ਸਰ ਇੱਕ ਵੇਟ ਕਰਨਾ ਜੀ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮੱਚ ਇੱਕ ਮਿੰਟ ਇੱਧਰ ਲੇਡੀਜ਼ ਆ ਜਾਓ ਸਾਰੇ ਇੱਧਰ ਕਰ ਲਓ ਭਾਅ ਜੀ ਬੈਗ ਰੱਖਣਾ ਚਲੋ ਦੱਸੋ ਭਾਜੀ ਇੱਥੇ ਆ ਜਾ ਲੱਗ ਜੀ ਮਹਾਰਾਜ ਦੀ ਦਇਆ ਕਿਰਪਾ ਦੇ ਨਾਲ ਜੋ ਦੋਹਾਂ ਪਰਿਵਾਰਾਂ ਦਾ ਰਿਸ਼ਤਾ ਜੋ ਮਾਲਕ ਨੇ ਮਨਜ਼ੂਰ ਕੀਤਾ ਤਾਂ ਖੁਸ਼ੀਆਂ ਪਾਸ਼ਾਹੀਆਂ ਜੇ ਸਭ ਤੋਂ ਵੱਧ ਨਜ਼ਰ ਅਤੇ ਖੁਸ਼ੀਆਂ ਜਿਹੜੀਆਂ ਇਹ ਮਾਲਕ ਨੇ ਦਿੱਤੀਆਂ ਅਤੇ ਉਸਦੇ ਸੰਬੰਧ ਵਿੱਚ ਲੜਕੀ ਵਾਲਿਆਂ ਵੱਲੋਂ ਜੋ ਥੋੜ੍ਹਾ ਬੜਾ ਲੜਕੀ ਨੂੰ ਦਾਨ ਹੈ ਤਾਂ ਉਹ ਇਸ ਤਰ੍ਹਾਂ ਹੀ ਲੜਕੀ ਲੜਕੇ ਨੂੰ ਮਿਲਦੀ ਹੈ ਜੀ ਅਤੇ ਚੇਨੀ ਆ ਸਹੁਰਾ ਸਾਹਿਬ ਨੂੰ ਮੁੰਦੀ ਆ ਜੀ ਸਾਸੂ ਨੂੰ ਟੋਕਸ ਮਾਮੇ ਨੂੰ ਮੁੰਦੀ ਮਾਮੀ ਨੂੰ ਘੜੀ ਲੜਕੀ ਨੂੰ ਟੋਕਸ ਜੇਠ ਨੂੰ ਘੜੀ ਲੜਕੇ ਦੇ 11 ਸੂਟ ਜੀ ਇੱਕ ਸਰਪੰਚ ਨੂੰ ਕੰਬੜਿਆ ਜੀ ਬਾਕੀ ਜਿੱਥੇ ਵੀ ਕੱਪੜਾ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਲੱਗਦਾ ਉਹ ਲਾਇਆ ਗਿਆ ਜੀ ਇਹ ਆ
ਹੈ ਜੀ ਮਾਲਕ ਦੀ ਦਇਆ ਕਿਰਪਾ ਦੇ ਨਾਲ, ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਕਿਰਪਾ ਦੇ ਨਾਲ, ਜੋ ਉਹਨਾਂ ਨੇ ਕੱਲ੍ਹ ਨਾ ਕੱਲ੍ਹ ਆਪਣੇ ਬੱਚਿਆਂ ਨੇ ਪੜ੍ਹਾਈ ਕੀਤੀ ਆ, ਪੜ੍ਹਾਈ ਦਾ ਹੀ ਸਿੱਟਾ ਜਾਂ ਕੋਈ ਬੱਚਾ ਹੈਲਟ ਕਰਦਾ ਪੜ੍ਹ ਲੈ ਕੇ ਬੰਦਾ ਜਿਹੜਾ ਆਪਣੀ ਤਰੱਕੀ ਕਰਦਾ, ਤਾਂ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਜ਼ਰੂਰਤ ਆ। ਅਸੀਂ ਬਹੁਤ ਧੰਨਵਾਦ ਹਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ, ਇਹਨਾਂ ਨੇ ਸਾਡੇ ਸਮਾਜ ਨੂੰ ਇੱਥੇ ਤੱਕ ਲੈ ਕੇ ਆਉਂਦਾ। ਅਸੀਂ ਬਹੁਤ ਹੁਣ ਆਪਣੀ ਪਾਵਰ ਦੇ ਵਿੱਚ ਹਾਂ, ਆਰਥਿਕ ਤੌਰ 'ਤੇ ਵੀ ਆ, ਸਮਾਜਿਕ ਤੌਰ 'ਤੇ ਵੀ, ਪੋਲੀਟੀਕਲ ਤੌਰ 'ਤੇ ਵੀ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹਾਂ, ਇਹ ਉਹਨਾਂ ਦੀ ਬਦੌਲਤ ਆ। ਅਤੇ ਬਹੁਤ ਧੰਨਵਾਦ ਜੀ ਸ਼੍ਰੀ ਗੁਰਦਾਸ ਜੀ ਮਹਾਰਾਜ ਦਾ, ਜਿਨ੍ਹਾਂ ਨੇ ਇਹਨਾਂ ਪਰਿਵਾਰ ਦਾ ਮੋਹ ਕੀਤਾ। ਅਤੇ ਬਹੁਤ ਬਹੁਤ ਸਾਰਿਆਂ ਧੰਨਵਾਦ ਜੀ, ਲੜਕੀ ਦਾ ਦਾਨ ਆ ਜੀ, ਬਾਕੀ ਦਾ ਮਾਲਕ ਜਿਹੜਾ ਆ ਉਹ ਲੜਕੀ ਨੂੰ ਆਪਣੇ ਘਰੇ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ, ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਧੰਨਵਾਦ। ਪਰ ਜੋ ਹੈ ਇਹ ਵੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਚਲਾਈ ਹੋਈ ਰੀਤੀ ਰਿਵਾਜ਼ ਆ ਭਰਾਉਣੀਆਂ ਦਾ ਕੰਮ, ਕਿ ਜਿਹੜੇ ਨਾਲ ਦੇ ਰਿਸ਼ਤੇਦਾਰਾਂ ਦਾ ਸਤਿਕਾਰ ਕੀਤਾ ਜਾਂਦਾ। ਮੈਂ ਤਾਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ, ਪੁੱਛ ਚੁੱਕੇ ਵੀ ਇਹ ਪੁਰਾਣੇ ਰੀਤੀ ਰਿਵਾਜ਼ ਨੂੰ ਵੀ ਕਾਇਮ ਰੱਖਿਆ। ਅਤੇ ਦਾਨੀ ਇਹਨਾਂ ਲੜਕੇ ਦਾਨੀ ਕੋਈ ਨਹੀਂ, ਜਿਹਨਾਂ ਨੇ ਆਪਣੀ ਲੜਕੀ ਦਾ ਦਾਨ ਭੁੱਟਾ ਪ੍ਰਵਾਟ ਕੀਤਾ, ਜਿਹਨਾਂ ਨੇ ਐਂ ਕੀਤਾ ਅਤੇ ਅਸੀਂ ਐਂ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਅੱਛਾ ਹੋਏ ਬਣਾ ਲਓ, ਦੇਖੋ ਇੱਕ ਨਾਲ ਹੋ ਉੱਥੇ ਨਾਲ ਹੋ ਭਾਈ ਮੁੰਡਾ ਉੱਧਰ ਨਾਲ ਜਾਓ, ਹੱਥ ਲਾਓ ਉਹਨੂੰ ਇੱਦੀ ਬਸ, ਆ ਪਰਸ ਰੱਖ ਦਿਓ ਆਪਣਾ, ਦੋ ਮਿੰਟ ਹੋਏ ਨਾ, ਹਾਂ ਜਾਓ ਭਾਈ ਲੱਗੇ ਜਾਓ ਉਹਨਾਂ ਦੇ ਨਾਲ ਹੀ ਖੜ ਜਾਓ ਭਾਈ, ਲੈਟ 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 ਉਹ ਨਹੀਂ ਪਊਗੀ ਕਿ ਸਾਰੇ ਪਊਗੀ ਲੈਟ ਲੈ, ਬਸ ਦੇਖਿਓ ਉੱਧਰ ਹੱਥ ਲਗਾਓ ਨਾ, ਆਂਟੀ ਨਾਲ ਸਿੱਧੇ ਜਾਓ ਮੇਰੇ ਵੱਲ ਅੱਗੇ ਆਓ, ਠੀਕ ਹੈ ਦੇਖਿਓ ਸਰ, ਸਾਰੇ ਸਕੈਨ ਉਹ ਲਿਖੋ ਸਰ ਭਾਈ, ਅੱਗੇ ਆਓ ਸਰ, ਅੱਗੇ ਨੂੰ ਆਓ ਜੀ, ਇਹ ਦੇਖਿਓ ਇੱਕ ਵੇਟ ਕਰਨਾ, ਵੇਟ ਵੇਟ ਜੀ, ਦੇਖਿਓ ਸਰ, ਵੇਟ ਵੇਟ ਵੇਟ, ਠੀਕ ਹੈ ਜੀ, ਓਕੇ ਚੱਲਦਾ ਚਲੀ ਆਪਾਂ ਪੈਰ
ਭਾਜੀ ਜਾਈਏ ਅਸੀਂ ਮੈਂ ਚਲੋ ਠੀਕ ਓਕੇ ਭਾਜੀ ਹੋਰ ਕਿਆ ਕੀਤਾ ਚੱਲ ਪਿਆ ਗੱਡੀ ਤਾਂ ਖੜੀ ਸੀ ਬਾਹਰ ਗੱਡੀ ਤਾਂ ਖੜੀ ਸੀ ਬਾਹਰ ਆਇਆ
ਅੱਗੇ ਲਿਆ ਭਾਜੀ ਸ਼ਾਮੇ ਥੋੜ੍ਹਾ ਇੱਧਰ ਆ ਜਾਓ ਆਂਟੀ, ਤੁਸੀਂ ਇੱਧਰ ਪਾਸੇ ਆਓ, ਇੱਥੇ ਆਓ, ਹਾਂ ਹਾਂ ਤੁਸੀਂ ਖੜ੍ਹੇ ਰਹੋ, ਆ ਜਾਓ ਕੁੜੀ ਦੇ ਨਾਲ ਆ ਜਾਓ, ਇੱਥੇ ਖੜ੍ਹੇ ਦੇਖੀ ਜਾਓ ਹੁਣ। ਹਾਂਜੀ
ਸਭੀ 85 85 ਦੇ ਨਾ 85 ਲਾ ਲਾ ਮੈਂ ਕਿਹਾ ਹੈਲੋ ਮੁੰਡਾ ਬੋਸ ਬੋਟੇ ਕਰਾ ਮੇਰੇ ਬਰਾਬਰ ਸਹੀ ਇਹ ਭਾਈ ਭਾਈ ਪਿਆਰ ਦਾ ਪਿਆਰ ਹੈਗਾ ਆਓ ਜੀ ਨਾਲ ਹੋ ਦੇਖੋ ਇਹਦੇ ਨਾਲ ਹੋ ਜਾਓ ਆਂਟੀ ਨਾਲ ਹੋ ਬੱਚੇ ਹੁਣ ਇੱਕ ਦਿੱਲੀ ਇੱਕ ਪਟਿਆਲੇ ਕਿਹਨੂੰ ਲੈ ਆਈਏ ਚੈੱਕ ਕਰ ਲਓ ਜੀ ਦੇਖ ਲਾ ਚੈੱਕ ਕਰ ਲਾ ਗੁਲਜਨ ਭਾਈ ਇੱਥੇ ਰੁਕੋ ਕਾਫੀ ਫੋਟੋ ਸ਼ਹਿਰ ਦਾ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਗੇਮ ਤੇ ਜਾ ਸ਼ੁਕਰ ਮੈਂ ਵੀ ਰੀਅਲ ਥਿੰਗਸ
उतार मेरे। अरे उधर बैठा रहा हूँ। ਅੱਜ ਤਾਂ ਆਉਣਾ ਨਹੀਂ ਪਿਆ, ਇੱਥੇ ਹੀ ਚੱਲਦਾ ਪਿਆ ਮੁੰਡਾ।
ਹਾਂਜੀ ਥੋੜਾ ਨਾਲ ਹੋ ਜਾਓ ਆ ਦੇਖਿਆ ਸਰ ਚਲੋ ਠੀਕ ਹੈ ਜੀ
इंतजार रही कि आप ही जाओ, हम तो नहीं तैयार करते हैं कि आप ही जाओ। तो हम बार बार कर रहे हैं जरा कर रहे हैं हसरत तो के जिदार, हम आपके अखबार इंतजार करते हैं। बड़ी शांति पसारी थैंक यू।
ਯਾਨੀ ਕਿ ਮੱਝੇ ਦੀਆਂ ਲੀਕੀਆਂ ਜੋ ਪੜੀਆਂ ਨਹੀਂ ਜਾਂਦੀਆਂ, ਘੜੀਆਂ ਜੋ ਪੀ ਦਿੱਤੀਆਂ ਉਹ ਪੜੀਆਂ ਨਹੀਂ ਜਾਂਦੀਆਂ, ਬੇੜੀ ਦਾ ਫੂਲ ਪ੍ਰੇਜ ਦੀਆਂ ਕੁੜੀਆਂ
ਉਧਰ ਕੁਝ ਕਹਿ ਦੇਣਾ ਚਾਹੀਦਾ ਹੁਣ ਦੂਸਰੇ ਨੂੰ ਸਿਰੇ ਸਿਰੇ ਇਹ ਤੱਕ ਜਾਪਣਾ ਸਾਰਾ ਕੁਝ ਬਰਾ ਆਪਣਾ ਜੋੜ ला दियो बैटरी खत्म होगी पूरी खत्म होगी थोड़ी अच्छी एक मिनट कराव फोटो शेयर आप उसकी मैं
ਸਾਡੇ ਐਮ ਐਲ ਏ ਸ਼ਾਹ ਹਰਦੀਪ ਸਿੰਘ ਮੁੰਡੀਆਂ ਸਾਹਮਣੇ ਵੱਲ ਆਈ ਆਮ ਆਦਮੀ ਪਾਰਟੀ ਦੀ ਸਾਡੀ ਬਹੁਤ ਸਾਜੂ ਐਮ ਐਲ ਏ ਸਾਹਿਬ ਸਿੱਧੀ
Thank you.
Thank you.
Gracias.
Thank you.
Thank you.
Thank you.
ਸਾਰੀ ਲੋਕਾਂ ਜਿਹੜਾ ਤੋਂ ਬੜਾ ਪਿਆਰ ਕੈਨਾ ਵੱਲੋਂ ਵਾਸੀ ਮਾਨੇ ਵੱਲੋਂ ਆਪ ਜੀ ਨੂੰ ਵਾਸੀ ਬਹੁਤ ਬਹੁਤ ਪਿਆਰ
Yeah.
I'm sorry.
Thank you.
ਦੱਸਣੀ ਸੱਤ ਹੁਕੀ ਗੱਡੀਆਂ ਭਜਾਉਂਦਾ ਦੱਸਣੀ ਮੈਂ ਦੱਸਣੀ ਕੈਨੇਡੀਅਨ ਜ਼ਿੰਦਗੀ ਜਿਉਂਦਾ ਦੱਸਣੀ ਚੱਲਦਾ ਏ ਤੂੰ ਵੀ ਦਿਲੇ ਆਉਂਦਾ ਦੱਸਣੀ ਕੈਨੇਡੀਅਨ ਜ਼ਿੰਦਗੀ ਜਿਉਂਦਾ ਦੱਸਣੀ ਠੇਕੇ ਤੋਂ ਡਿਲੀਵਰੀ ਕਰਾਉਂਦਾ ਦੱਸਣੀ ਆ ਕੇ ਜਾਂਦਾ ਆ ਬੋਤਲ ਮਕਾਉਂਦਾ ਦੱਸਣੀ ਯਾਰਾਂ ਦੀਆਂ ਮਹਿਫਲਾਂ ਛਾਉਂਦਾ ਦੱਸਣੀ ਦੱਸ ਹੱਥ ਸਿੱਧੀ ਮੂੰਹ ਨੂੰ ਲਾਉਂਦਾ ਦੱਸਣੀ ਕਿਸੇ ਸਿੱਧੀ ਮੂੰਹ ਉੱਤੇ ਯਾਰ ਨੇ ਕਮਾਰੇ ਇਹ ਪਾਰੇ ਨਜ਼ਾਰੇ ਘਰੋਂ ਬਾਹਰ ਨੇ ਨਜ਼ਾਰੇ ਮੋਦੇ ਮਾਰੇ ਦੁਆਬੇ ਵਾਲੇ ਬੈਲੀ ਹੁੰਦੇ ਸਾਰੇ ਸੁੱਖਦੇ ਹੀ ਦਾਰੂ ਵਾਲਾ ਘਰ ਦੇ ਕਿਨਾਰੇ ਇਹ ਸੁਪਨੇ ਨਸੀਆ ਇਸ ਮੁਲਕ ਚ ਆਇਆ ਇਹਨੇ ਕਿੰਨਾ ਬਿਠਾਇਆ ਤੇ ਮੈਂ ਕਿੰਨੀ ਦੂਰੇ ਆਇਆ ਕਿਉਂਕਿ ਬਾਜੇ ਮਰੀਦ ਤੇਰੇ ਵਾਲੇ ਜੱਟ ਦੇ ਤੇ ਜਿਵੇਂ ਤੂੰ ਪਤਾ ਨੀ ਇਹ ਤੇਰਾ ਦੇ ਦਿਲ ਘੱਟ ਦੇ ਮੇਰੇ ਨਾਂ ਤੇ ਅੜੀ ਤੇਰੀ ਹੱਥ ਤੇ ਪਰ ਜੰਨਾ ਮੇਰੇ ਨਾਂ ਤੇ ਸੱਜ ਹਜੂ ਸੁਣਦੇ ਲੱਲੇ
Thank you.
ਦੋ ਮਿੰਟ ਵੇਟ ਤਾਂ ਨਹੀਂ ਪੈਣੀ ਗਏ ਮਾੜਾ ਜਿਹਾ ਮੁੰਡਾ ਸੱਦਣ ਗਿਆ ਉਹਨੂੰ ਮੁੰਡੇ ਨੂੰ ਫੋਟੋ ਨੂੰ ਬੜਾ ਗੁੱਸੇ ਨਾਲ ਨਹੀਂ ਸਮਝ ਰੱਖਿਆ ਹਾਂ ਬੜਾ ਨੀਵਾ ਦੇਖੋ ਨਾ ਲਾਈਟ ਦੇ ਸੈਂਟਰ 'ਚ ਭਾਅ ਜੀ ਅੱਖਾਂ ਨੀਵੇ ਰੱਖਣ ਵਾਲੇ ਭਾਅ ਜੀ ਲਾਈਟ ਦੇ ਸੈਂਟਰ 'ਚ ਦੇਖੋ ਭਾਅ ਜੀ ਲਾਈਟ ਦੇ ਸੈਂਟਰ ਥੋੜ੍ਹਾ ਨੀਵਾ ਰੱਖੋ ਹਾਂ ਇੱਥੇ ਰੱਖੋ ਬਸ ਇੱਧਰ ਆਉਣਾ ਸਹੀ ਇੱਧਰ ਸਾਪੀ ਭਾਜੀ